ਦੋਸਤੋ ਪੰਜਾਬ ਦੇ ਨਵੇਂ ਕੈਬਨਿਟ ਮਿਨਿਸਟਰ ਜਿਹੜੇ ਬਣ ਚੁੱਕੇ ਨੇ ਅਤੇ ਇਗਜ਼ਾਮ ਵਿੱਚ ਇੱਕ ਨੰਬਰ ਦਾ ਕੁਐਸਚਨ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲੇਗਾ। ਇਹ ਜਿਹੜਾ ਟੋਪਿਕ ਆਪਣਾ ਜਨਰਲ ਅਵੇਅਰਨੈਂਸ ਵਿੱਚ ਆ ਜਾਂਦਾ, ਕਰੰਟ ਅਫੇਅਰ ਦੇ ਵਿੱਚ ਵੀ ਇਹ ਟੋਪਿਕ ਆ ਜਾਂਦਾ। ਤਾਂ ਕਰਕੇ ਪੰਜਾਬ ਦੇ ਜਿਹੜੇ ਵੀ ਨਵੇਂ ਮੰਤਰੀ ਬਣੇ ਨੇ ਉਹਨਾਂ ਦੇ ਨਾਮ ਆਪਾਂ ਨੂੰ ਯਾਦ ਹੋਣੇ ਚਾਹੀਦੇ। ਇਸ ਵੀਡੀਓ ਵਿੱਚ ਮੈਂ ਤੁਹਾਨੂੰ ਰਿਲੇਟ ਕਰਕੇ ਯਾਦ ਕਰਨਾ ਸਿਖਾਵਾਂਗਾ ਕਿ ਆਪਾਂ ਕਿਵੇਂ ਕਿਸੇ ਵੀ ਮੰਤਰੀ ਦਾ ਨਾਮ ਯਾਦ ਰੱਖ ਸਕਦੇ ਹਾਂ, ਲੰਬੇ ਸਮੇਂ ਤੱਕ ਯਾਦ ਰੱਖ ਸਕਦੇ ਹਾਂ। ਦੇਖੋ ਦੋਸਤੋ, ਇਸ ਤਰ੍ਹਾਂ ਦਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਜੇ ਪੁੱਛ ਲਿਆ ਜਾਵੇ ਵਿੱਤ ਮੰਤਰੀ ਕੌਣ, ਆਪਾਂ ਡਾਇਰੈਕਟ ਯਾਦ ਕਰ ਲਈਏ ਕਿ ਇਹ ਇਸ ਦਾ ਨਾਮ ਹੈ ਵਿੱਤ ਮੰਤਰੀ ਦਾ, ਆਪਾਂ ਨੂੰ ਇਹ ਰਿਲੇਟ ਕਰਕੇ ਯਾਦ ਕਰਨਾ ਪੈਂਦਾ ਤਾਂ ਜੋ ਆਪਾਂ ਸਾਰੀ ਉਮਰ ਨਹੀਂ ਇਹਨਾਂ ਦੇ ਨਾਮ ਭੁੱਲਦੇ। ਇਹ ਮੇਰੀ ਗਰੰਟੀ ਹੈ, ਜਿਸ ਹਿਸਾਬ ਨਾਲ ਮੈਂ ਤੁਹਾਨੂੰ ਸਮਝਾਵਾਂਗਾ ਉਸ ਹਿਸਾਬ ਨਾਲ ਤੁਸੀਂ ਟਰਾਈ ਕਰਕੇ ਦੇਖਿਓ ਜਸਟ। ਓਕੇ ਦੋਸਤੋ, ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ, ਆਪਣੀ ਅੱਜ ਦੀ ਕਲਾਸ ਸਟਾਰਟ ਕਰ ਲੈਂਦੇ ਹਾਂ। ਦੋਸਤੋ, ਕੁਐਸਚਨ ਕਿਵੇਂ ਦੇਖਣ ਨੂੰ ਮਿਲੂਗਾ ਤੁਹਾਨੂੰ ਇਗਜ਼ਾਮ ਵਿੱਚ, ਕੁਐਸਚਨ ਲਿਖਿਆ ਹੋਵੇਗਾ ਪੰਜਾਬ 2022 ਦੇ ਵਿੱਤ ਮੰਤਰੀ ਕੌਣ ਨੇ, ਸਿੰਪਲ ਜਿਹਾ ਕੁਐਸਚਨ ਹੋਵੇਗਾ ਅਤੇ ਆਪਾਂ ਨੂੰ ਇਹ ਇਸਦਾ ਨਾਮ ਯਾਦ ਰੱਖਣਾ ਪਵੇਗਾ। ਅਤੇ ਨੀਚੇ ਚਾਰ ਆਪਸ਼ਨ ਮਿਲਣਗੇ, ਹਰਪਾਲ ਸਿੰਘ ਚੀਮਾ, ਡਾਕਟਰ ਵਿਜੇ ਸਿੰਗਲਾ ਜਾਂ ਗੁਰਮੀਤ ਸਿੰਘ ਜਾਂ ਹਰਭਜਨ ਸਿੰਘ। ਹੁਣ ਰਿਲੇਟ ਕਰਕੇ ਤੁਸੀਂ ਇਹ ਕਿਵੇਂ ਯਾਦ ਰੱਖਣਾ ਕਿ ਵਿੱਤ ਮੰਤਰੀ ਕੌਣ ਹੈ। ਦੇਖੋ, ਵਿੱਤ ਮੈਨੇ ਕੀ ਹੁੰਦਾ, ਫਾਈਨੈਂਸ, ਫਾਈਨੈਂਸ ਮਿਨਿਸਟਰ ਹੁੰਦਾ। ਵਿੱਤ ਮੰਤਰੀ ਨੂੰ ਆਪਾਂ ਇੰਗਲਿਸ਼ ਵਿੱਚ ਫਾਈਨੈਂਸ ਮਿਨਿਸਟਰ ਕਹਿ ਦਿੰਦੇ ਹਾਂ। ਫਾਈਨੈਂਸ ਮੈਨੇ ਕੀ ਹੁੰਦਾ ਦੋਸਤੋ, ਪੈਸਾ, ਮਤਲਬ ਕਿ ਪੈਸਾ ਦਾ ਲੈਣ ਦੇਣ ਦਾ ਜਿਹੜਾ ਧਿਆਨ ਰੱਖਦਾ ਹੋਵੇ ਉਸਨੂੰ ਵਿੱਤ ਮੰਤਰੀ ਜਾਂ ਫਾਈਨੈਂਸ ਮਿਨਿਸਟਰ ਕਿਹਾ ਜਾਂਦਾ ਹੈ। ਹੁਣ ਪੈਸਾ ਅਜਿਹੀ ਚੀਜ਼ ਹੈ ਜਿਹੜਾ ਹਰ ਪਲ ਆਪਣੇ ਜੇਬ 'ਚ ਰਹੇ, ਤਾਂ ਚੀਮੇ ਤੋਂ ਆਪਾਂ ਚੰਗਾ ਰਿਲੇਟ ਕਰ ਲੈਂਦੇ ਹਾਂ ਤਾਂ ਚੰਗਾ ਚੰਗਾ ਫੀਲ ਹੁੰਦਾ। ਸਿੰਪਲ ਜਿਹਾ ਇੱਕ ਰਿਲੇਟ ਕਰ ਦਿੱਤਾ ਮੈਂ। ਪੈਸਾ ਇਸ ਤਰ੍ਹਾਂ ਦੀ ਚੀਜ਼ ਹੈ, ਹਰ ਪਲ ਆਪਣੀ ਜੇਬ 'ਚ ਰਹੇ, ਹਰਪਾਲ ਸਿੰਘ ਆਪਾਂ ਨੂੰ ਈਜ਼ੀਲੀ ਯਾਦ ਆ ਜਾਵੇਗਾ। ਵਿੱਤ ਤੋਂ ਆਪਾਂ ਨੂੰ ਕੀ ਆਵੇਗਾ, ਪੈਸਾ ਹੁੰਦਾ, ਪੈਸਾ ਆਪਣੀ ਜੇਬ 'ਚ ਹਰਪਲ ਰਹਿੰਦਾ, ਤਾਂ ਆਪਸ਼ਨ ਵਿੱਚ ਆਪਾਂ ਨੂੰ ਹਰਪਾਲ ਸਿੰਘ ਚੀਮਾ, ਚੀਮਾ ਮੈਨੇ ਚੰਗਾ ਚੰਗਾ ਜਿਹਾ ਫੀਲ ਹੁੰਦਾ। ਤਾਂ ਇਸ ਤਰ੍ਹਾਂ ਆਪਾਂ ਰਿਲੇਟ ਕਰ ਲਿਆ ਵਿੱਤ ਮੰਤਰੀ ਕੌਣ, ਆਪਣਾ ਹਰਪਾਲ ਸਿੰਘ ਚੀਮਾ ਇਜ਼ ਦਾ ਰਾਈਟ ਆਂਸਰ, ਆਪਸ਼ਨ ਨੰਬਰ ਏ ਹੋ ਜਾਵੇਗਾ। ਦੋਸਤੋ, ਇਹ ਤੁਸੀਂ ਕਿਸੇ ਨਾਲ ਵੀ ਰਿਲੇਟ ਕਰ ਸਕਦੇ ਹੋ। ਐਗਜ਼ਾਮਪਲ, ਮੇਰਾ ਇੱਕ ਫਰੈਂਡ ਹੈ ਹਰਪਾਲ, ਉਸਦੇ ਕੋਲ ਕਾਫੀ ਪੈਸਾ ਹੈ, ਹੈ ਨਾ, ਤਾਂ ਈਜ਼ੀਲੀ ਹੋਊਗਾ ਰਿਲੇਟ। ਵਿੱਤ ਮੈਨੂੰ ਫਾਈਨੈਂਸ, ਫਾਈਨੈਂਸ ਮੈਨੂੰ ਹੁੰਦਾ ਪੈਸਾ, ਹਰਪਾਲ ਹੈ ਮੇਰਾ ਦੋਸਤ, ਉਸ ਕੋਲ ਹੈ ਕਾਫੀ ਪੈਸਾ ਹੈ, ਤਾਂ ਮੇਰੇ ਮਾਇੰਡ ਵਿੱਚ ਇਹ ਗੱਲ ਬੈਠ ਗਈ। ਆਪਸ਼ਨ ਮੈਂ ਜਦੋਂ ਵੀ ਕੁਐਸਚਨ ਪੇਪਰ ਵਿੱਚ ਦੇਖਾਂਗਾ ਨਾਲ ਦੀ ਨਾਲ ਮੇਰੇ ਮਾਇੰਡ 'ਚ ਆ ਜਾਊਗਾ ਵਿੱਤ ਮੰਤਰੀ ਯਾਨੀ ਪੈਸਾ, ਪੈਸਾ ਕਿਹਦੇ ਕੋਲ ਹੈ, ਹਰਪਾਲ ਕੋਲ ਜ਼ਿਆਦਾ ਹੈ ਜਾਂ ਪੈਸਾ ਹਰ ਪਲ ਜੇਬ ਵਿੱਚ ਰਹੇ ਤਾਂ ਚੰਗਾ ਜਿਹਾ ਫੀਲ ਹੁੰਦਾ। ਦੋਸਤੋ, ਹੈ ਤਾਂ ਥੋੜ੍ਹਾ ਜਿਹਾ ਫਨੀ ਸਿਸਟਮ ਆਹ, ਬਟ ਥੋੜ੍ਹਾ ਜਿਹਾ ਰਿਲੇਟ ਕਰਕੇ ਯਾਦ ਕਰਨ ਦੀ ਕੋਸ਼ਿਸ਼ ਕਰੋ। ਤਾਂ ਹੁਣ ਤੁਸੀਂ 3 ਮਹੀਨੇ ਬਾਅਦ ਵੀ ਜੇ ਤੁਹਾਡੇ ਤੋਂ ਕੋਈ ਪੁੱਛੇਗਾ ਤਾਂ ਵੀ ਤੁਹਾਨੂੰ ਈਜ਼ੀਲੀ ਇਹ ਸੈੱਟ ਹੋ ਜਾਵੇਗਾ ਤੁਹਾਡਾ ਇਹ ਵਿੱਤ ਮੰਤਰੀ ਕੌਣ ਹੈ, ਹਰਪਾਲ ਸਿੰਘ ਚੀਮਾ। ਇਸ ਤੋਂ ਬਾਅਦ ਕੁਐਸਚਨ ਨੰਬਰ 2 ਦੀ ਗੱਲ ਕਰੀਏ, ਪੰਜਾਬ 2022 ਦੇ ਸਿੱਖਿਆ ਮੰਤਰੀ ਕੌਣ ਨੇ। ਇਹ ਨੇ ਆਪਣੇ ਆਪਸ਼ਨ, ਆਪਸ਼ਨ ਨੰਬਰ ਏ ਹਰਪਾਲ ਸਿੰਘ ਚੀਮਾ, ਆਪਸ਼ਨ ਨੰਬਰ ਬੀ ਡਾਕਟਰ ਵਿਜੇ ਸਿੰਗਲਾ, ਆਪਸ਼ਨ ਨੰਬਰ ਸੀ ਗੁਰਮੀਤ ਸਿੰਘ ਮੀਤ ਹਾਇਰ, ਇਸ ਤੋਂ ਬਾਅਦ ਆਪਸ਼ਨ ਨੰਬਰ ਡੀ ਹਰਭਜਨ ਸਿੰਘ। ਤਾਂ ਸਿੱਖਿਆ ਮੰਤਰੀ ਹੈ ਦੋਸਤੋ, ਮੈਂ ਕਿਵੇਂ ਰਿਲੇਟ ਕਰ ਲਿਆ ਇਹ, ਸਿੱਖਿਆ ਵਾਸਤੇ ਆਪਾਂ ਹਾਇਰ ਸਟੱਡੀ ਕਹਿ ਦਿੰਦੇ, ਆਪਾਂ ਨੂੰ ਹਾਇਰ ਸਟੱਡੀ ਵਾਸਤੇ ਕੀ ਪਹਿਲਾਂ ਕੀ ਥੋੜ੍ਹੀ ਜਿਹੀ ਨੌਲੇਜ ਹੋਣੀ ਚਾਹੀਦੀ ਹੈ, ਨੌਲੇਜ ਮਤਲਬ ਸਿੱਖਿਆ ਆਪਾਂ ਨੂੰ ਹੋਣੀ ਚਾਹੀਦੀ ਹੈ। ਅਤੇ ਹੁਣ ਹਾਇਰ ਸਟੱਡੀ ਵਾਸਤੇ ਆਪਾਂ ਨੂੰ ਕਿਤੇ ਬਾਹਰ ਜਾਣਾ ਹੈ ਜਾਂ ਅਦਰ ਕਿਸੇ ਕਾਲਜ ਵਿੱਚ ਐਡਮਿਸ਼ਨ ਲੈਣਾ ਹੈ, ਤਾਂ ਕੀ ਹੋ ਗਿਆ ਹਾਇਰ, ਮੈਨੇ ਸਿੱਖਿਆ, ਹਾਇਰ ਐਜੂਕੇਸ਼ਨ ਜਾਂ ਸਿੱਖਿਆ ਮੰਤਰੀ, ਇਸ ਨਾਲ ਆਪਾਂ ਈਜ਼ੀਲੀ ਇਸ ਨੂੰ ਰਿਲੇਟ ਕਰ ਲਿਆ। ਜਾਂ ਇਸ ਨੂੰ ਇਸ ਤਰ੍ਹਾਂ ਰਿਲੇਟ ਕਰ ਸਕਦੇ ਹੋ, ਕੋਈ ਗੁਰਮੀਤ ਸਿੰਘ ਹੈ ਤੁਹਾਡੀ ਫੈਮਿਲੀ ਵਿੱਚ ਵੀ ਹੋ ਸਕਦਾ, ਤੁਹਾਡਾ ਫਰੈਂਡ ਜਾਂ ਕੋਈ ਹੋਰ ਰਿਲੇਟਿਵ ਵੀ ਹੋ ਸਕਦਾ। ਗੁਰਮੀਤ ਸਿੰਘ ਹੈ ਉਹ ਹਾਇਰ ਸਟੱਡੀ ਵਾਸਤੇ ਬਾਹਰ ਗਿਆ, ਹਾਇਰ ਸਟੱਡੀ ਵਾਸਤੇ ਜਿਹੜਾ ਬਾਹਰ ਗਿਆ। ਹੁਣ ਹਾਇਰ ਸਟੱਡੀ ਨੂੰ ਆਪਾਂ ਜੇ ਪੰਜਾਬੀ 'ਚ ਕਨਵਰਟ ਕਰਦੇ ਹਾਂ, ਉੱਚ ਸਿੱਖਿਆ ਵਾਸਤੇ ਗਿਆ, ਤਾਂ ਸਿੱਖਿਆ ਮੰਤਰੀ ਇਸ ਤਰ੍ਹਾਂ ਗੁਰਮੀਤ ਸਿੰਘ ਮੀਤ ਹਾਇਰ ਹੋ ਜਾਵੇਗਾ। ਓਕੇ ਦੋਸਤੋ, ਇੱਕ ਰਿਕੁਐਸਟ ਹੈ, ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੇ ਨਹੀਂ ਕੀਤਾ ਤਾਂ, ਐਂਡ ਜੇ ਹਾਲੇ ਤੱਕ ਤੁਸੀਂ ਸਾਡਾ ਵਟਸਐਪ ਗਰੁੱਪ ਜਾਂ ਟੈਲੀਗ੍ਰਾਮ 'ਤੇ ਮੈਨੂੰ ਜੁਆਇਨ ਨਹੀਂ ਕੀਤਾ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਵਟਸਐਪ ਗਰੁੱਪ ਦਾ ਵੀ ਲਿੰਕ ਦੇ ਦਿੱਤਾ ਹੈ ਅਤੇ ਟੈਲੀਗ੍ਰਾਮ ਦਾ ਵੀ ਲਿੰਕ ਦੇ ਦਿੱਤਾ ਹੈ, ਜਾ ਕੇ ਜੁਆਇਨ ਜ਼ਰੂਰ ਕਰ ਲਓ। ਕਾਫੀ ਇੰਪੋਰਟੈਂਟ ਚੀਜ਼ਾਂ ਇਹਨਾਂ ਗਰੁੱਪਾਂ ਵਿੱਚ ਸ਼ੇਅਰ ਹੁੰਦੀਆਂ। ਇਸ ਤੋਂ ਬਾਅਦ ਕੁਐਸਚਨ ਨੰਬਰ 3 ਦੀ ਗੱਲ ਕਰੀਏ, ਪੰਜਾਬ 2022 ਦਾ ਸਿਹਤ ਮੰਤਰੀ ਕੌਣ ਹੈ। ਸਿੰਪਲ ਜਿਹੀ ਗੱਲ ਹੈ, ਤਾਂ ਸਿਹਤ, ਜਦੋਂ ਆਪਣੀ ਸਿਹਤ ਖਰਾਬ ਹੁੰਦੀ ਹੈ ਤਾਂ ਆਪਾਂ ਕਿੱਥੇ ਜਾਂਦੇ ਹਾਂ, ਡਾਕਟਰ ਕੋਲ। ਤਾਂ ਜੋ ਪੰਜਾਬ ਦਾ ਹੈਲਥ ਮਿਨਿਸਟਰ ਹੈ 2022 ਦਾ, ਉਹ ਡਾਕਟਰ ਵਿਜੇ ਸਿੰਘ ਸਿੰਗਲਾ ਹੈ, ਅਤੇ ਇਸਦਾ ਰਾਈਟ ਆਂਸਰ ਜਿਹੜਾ ਆਪਸ਼ਨ ਬੀ ਹੋ ਜਾਵੇਗਾ। ਦੋਸਤੋ, ਇੱਕ ਗੱਲ ਯਾਦ ਰੱਖੋ, ਇੱਕ ਡਾਕਟਰ ਹੋਰ ਹੈ, ਮਤਲਬ ਉਹ ਫੀਮੇਲ ਨੇ, ਸ਼ਾਇਦ ਮੈਨੂੰ ਉਹਦਾ ਨਾਮ ਨਹੀਂ ਯਾਦ ਆ ਰਿਹਾ, ਡਾਕਟਰ ਬਲਜੀਤ ਕੌਰ ਹੈ, ਉਹ ਵੀ ਮਿਨਿਸਟਰ ਹੈ, ਉਸ ਨਾਲ ਨਾ ਰਿਲੇਟ ਕਰ ਲਿਓ। ਇਹ ਯਾਦ ਰੱਖਿਓ ਕਿ ਸਿੱਖਿਆ ਜਿਹੜਾ ਆਪਣਾ ਸਿਹਤ ਮਿਨਿਸਟਰ ਹੈ, ਹੈਲਥ ਮਿਨਿਸਟਰ ਹੈ, ਉਹ ਕੋਈ ਮੇਲ ਹੈ ਅਤੇ ਉਸਦਾ ਨਾਮ ਕੀ ਹੈ, ਡਾਕਟਰ ਹੈ, ਡਾਕਟਰ ਵਿਜੇ ਸਿੰਗਲਾ ਹੈ। ਤਾਂ ਸਿੰਪਲ ਜਿਹਾ ਰਿਲੇਟ ਹੋ ਗਿਆ, ਜਦੋਂ ਆਪਣੀ ਹੈਲਥ ਖਰਾਬ ਹੁੰਦੀ ਹੈ ਆਪਾਂ ਕਿੱਥੇ ਜਾਂਦੇ ਹਾਂ, ਡਾਕਟਰ ਕੋਲ ਜਾਂਦੇ ਹਾਂ, ਇਸ ਤਰ੍ਹਾਂ ਆਪਣੇ ਮਾਇੰਡ ਵਿੱਚ ਇਹ ਸੈੱਟ ਹੋ ਜਾਂਦੀ ਹੈ ਗੱਲ। ਇਸ ਤੋਂ ਬਾਅਦ ਕੁਐਸਚਨ ਨੰਬਰ 4 ਦੀ ਗੱਲ ਕਰੀਏ, ਪੰਜਾਬ 2022 ਦਾ ਕਾਨੂੰਨ ਅਤੇ ਸੈਰ ਸਪਾਟਾ ਮਿਨਿਸਟਰ ਕੌਣ ਹੈ। ਹੁਣ ਇਗਜ਼ਾਮ ਵਿੱਚ ਤੁਹਾਡੇ ਤੋਂ ਸਿਰਫ ਕਾਨੂੰਨ ਮਿਨਿਸਟਰ ਆਫ ਪੰਜਾਬ ਪੁੱਛਿਆ ਜਾ ਸਕਦਾ ਹੈ ਜਾਂ ਸੈਰ ਸਪਾਟਾ ਮਿਨਿਸਟਰ ਆਫ ਪੰਜਾਬ ਪੁੱਛਿਆ ਜਾ ਸਕਦਾ, ਜਾਂ ਦੋਨੋਂ ਹੀ ਇਹ ਪੁੱਛੇ ਜਾ ਸਕਦੇ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਕਿਵੇਂ ਇਹ ਰਿਲੇਟ ਕਰਨਾ, ਇਹ ਕਾਨੂੰਨ
ਕਾਨੂੰਨ ਵਿੱਚ ਕੇਸ ਹੋ ਜਾਂਦਾ, ਵਕੀਲ ਹੁੰਦਾ, ਜੱਜ ਹੁੰਦਾ, ਹੈ ਨਾ। ਆਪਾਂ ਫਿਲਮਾਂ 'ਚ ਦੇਖੀ ਉਹ ਚੀਜ਼ਾਂ ਕੀ ਹੁੰਦੀ ਆ, ਉਸ ਵਿੱਚ ਕੋਰਟ ਵਿੱਚ ਕੀ ਹੁੰਦੀ ਹੈ, ਬਹਿਸ ਹੁੰਦੀ ਹੈ। ਤਾਂ ਬਹਿਸ ਯਾਨੀ ਬੈਂਸ, ਆਪਾਂ ਇਸ ਨਾਲ ਰਿਲੇਟ ਕਰ ਲਿਆ ਇਸ ਨੂੰ, ਕਿ ਕਾਨੂੰਨ ਜਿਹੜਾ ਮਿਨਿਸਟਰ ਹੈ ਹਰਜੋਤ ਸਿੰਘ, ਬਹਿਸ ਕਾਨੂੰਨ ਵਿੱਚ ਜਾਂ ਕੋਰਟ ਵਿੱਚ ਬਹਿਸ ਹੁੰਦੀ ਹੈ ਨਾ, ਉਸ ਨੂੰ ਆਪਾਂ ਬੈਂਸ ਨਾਲ ਰਿਲੇਟ ਕਰ ਲੈਂਦੇ ਹਾਂ। ਇਸ ਤੋਂ ਇਲਾਵਾ ਜੇ ਇਕੱਲਾ ਸੈਰ ਸਪਾਟਾ ਮਿਨਿਸਟਰ ਪੁੱਛ ਲਿਆ ਜਾਵੇ ਤਾਂ ਵੀ ਆਪਾਂ ਸੈਰ ਜਿਹੜਾ ਆਪਣੇ ਮਾਈਂਡ ਵਿੱਚ ਇਹ ਥਿਓਰੀ ਬਣੀ ਹੋਈ ਹੈ, ਜਿਹੜਾ ਵੀ ਸੈਰ ਸਪਾਟਾ ਕਰਦਾ ਫਿਰਦਾ ਉਹ ਐਸ ਕਰਦਾ ਫਿਰਦਾ, ਤਾਂ ਇਸਦਾ ਜਿਹੜਾ ਰਾਈਟ ਆਂਸਰ ਹੋ ਜਾਏਗਾ ਹਰਜੋਤ ਐਸ ਬੈਂਸ ਇਸਦਾ ਰਾਈਟ ਆਂਸਰ ਹੋ ਜਾਵੇਗਾ, ਆਪਸ਼ਨ ਨੰਬਰ ਬੀ, ਕਾਨੂੰਨ ਅਤੇ ਸੈਰ ਸਪਾਟਾ ਮਿਨਿਸਟਰ ਜਿਹੜਾ ਹਰਜੋਤ ਐਸ ਬੈਂਸ। ਤਾਂ ਰਿਲੇਟ ਕਰ ਲਓ ਕਾਨੂੰਨ ਨੂੰ, ਕਾਨੂੰਨ ਕੀ ਆਪਣੇ ਅਦਾਲਤ ਵਿੱਚ ਹੁੰਦਾ ਕਾਨੂੰਨ, ਹੈ ਨਾ, ਕੋਰਟ ਵਿੱਚ ਹੁੰਦਾ, ਕੋਰਟ ਵਿੱਚ ਹੋਰ ਕੀ ਹੁੰਦੀ ਹੈ, ਬਹਿਸ ਹੁੰਦੀ ਹੈ ਆਪਸ 'ਚ ਦੋ ਪੱਖਾਂ 'ਚ, ਅਤੇ ਸੈਰ ਸਪਾਟਾ ਕਰਨ ਵਾਲਾ ਐਸ਼ ਹੀ ਕਰਦਾ, ਆਪਣੀ ਜ਼ਿੰਦਗੀ ਇੰਜੋਏ ਕਰਦਾ। ਤਾਂ ਇਸ ਤਰ੍ਹਾਂ ਆਪਾਂ ਈਜ਼ਲੀ ਰਿਲੇਟ ਕਰਕੇ ਇਸਦਾ ਆਂਸਰ ਫਾਇੰਡ ਕਰ ਲਵਾਂਗੇ। ਐਂਡ ਇਸ ਤੋਂ ਬਾਅਦ ਕੁਐਸਚਨ ਨੰਬਰ 5 ਦੀ ਗੱਲ ਕਰੀਏ, ਪੰਜਾਬ 2022 ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਕੌਣ ਨੇ। ਇਸ ਨੂੰ ਆਪਾਂ ਸਿੰਪਲ ਜਿਹੇ ਤਰੀਕੇ ਨਾਲ ਰਿਲੇਟ ਕਰਾਂਗੇ। ਇਸ ਵਿੱਚ ਕੀ ਹੈ, ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ, ਮਹਿਲਾ ਦਾ ਨਾਮ ਆ ਗਿਆ। ਹੁਣ ਆਪਾਂ ਨੂੰ ਮਾਇੰਡ ਵਿੱਚ ਸੈੱਟ ਕਰ ਲੈਣਾ, ਜੇ ਇਸ ਵਿੱਚ ਮਹਿਲਾ ਹੈ ਤਾਂ ਡਾਕਟਰ ਬਲਜੀਤ ਕੌਰ ਵੀ ਮਹਿਲਾ ਹੈ, ਤਾਂ ਇਹੀ ਜਿਹੜੀ ਇਸਦਾ ਮੰਤਰੀ ਹੋ ਸਕਦੀ ਹੈ। ਤਾਂ ਸਮਾਜਿਕ ਸੁਰੱਖਿਆ, ਮਹਿਲਾ ਐਂਡ ਬਾਲ ਵਿਕਾਸ ਮੰਤਰੀ ਕੌਣ, ਡਾਕਟਰ ਬਲਜੀਤ ਕੌਰ ਹੈ। ਸਿੰਪਲ ਰਿਲੇਟ ਕਰ ਲਓ, ਇਸ ਨੂੰ ਮਾਇੰਡ ਵਿੱਚ ਸੈੱਟ ਕਰ ਲਓ ਕਿ ਬਲਜੀਤ ਕੌਰ ਮਹਿਲਾ ਹੈ, ਅਤੇ ਪੁੱਛੇ ਕਾਹਦੇ ਬਾਰੇ ਗਿਆ, ਮਹਿਲਾ ਸੁਰੱਖਿਆ ਅਤੇ ਬਾਲ ਵਿਕਾਸ ਬਾਰੇ ਹੀ ਪੁੱਛਿਆ ਗਿਆ, ਤਾਂ ਇਸਦੀ ਜਿਹੜੀ ਡਾਕਟਰ ਬਲਜੀਤ ਕੌਰ ਇਸਦਾ ਇਸਦੀ ਮਿਨਿਸਟਰ ਹੈ। ਇਸ ਤੋਂ ਬਾਅਦ ਕੁਐਸਚਨ ਨੰਬਰ 5 ਦੀ ਗੱਲ ਕਰੀਏ, ਪੰਜਾਬ 2022 ਦੇ ਬਿਜਲੀ ਮੰਤਰੀ ਕੌਣ ਹੈ। ਬਿਜਲੀ ਮੰਤਰੀ ਨੂੰ ਰਿਲੇਟ ਕਾਹਦੇ ਨਾਲ ਕਰੀਏ, ਭਜਨ, ਜੇ ਆਪਾਂ ਭਜਨ ਸੁਣਦੇ ਨੇ ਕਿਸੇ ਕੀਰਤਨ ਵਿੱਚ, ਕਿਸੇ ਨੇ, ਹੈ ਨਾ, ਬ੍ਰੋਡਕਾਸਟ ਕਰਨਾ ਹੈ ਭਜਨ ਦਾ, ਤਾਂ ਬਿਜਲੀ ਹੋਵੇਗੀ ਉਹ ਉਦੋਂ ਹੀ ਹੋਵੇਗਾ, ਤਾਂ ਹਰਭਜਨ ਸਿੰਘ ਨਾਲ ਆਪਾਂ ਰਿਲੇਟ ਕਰ ਲਾਂਗੇ ਭਜਨ ਨੂੰ। ਇਸ ਤਰ੍ਹਾਂ ਇਸਦਾ ਰਾਈਟ ਆਂਸਰ ਜਿਹੜਾ ਹੋ ਜਾਵੇਗਾ ਆਪਸ਼ਨ ਨੰਬਰ ਡੀ, ਹਰਭਜਨ ਸਿੰਘ ਹੋ ਜਾਵੇਗਾ, ਜੋ ਕਿ ਬਿਜਲੀ ਯਾਨੀ ਇਲੈਕਟ੍ਰਿਸਿਟੀ ਮਿਨਿਸਟਰ ਆਫ ਪੰਜਾਬ ਨੇ। ਇਸ ਤੋਂ ਬਾਅਦ ਕੁਐਸਚਨ ਨੰਬਰ 7 ਦੀ ਗੱਲ ਕਰੀਏ, ਪੰਜਾਬ 2022 ਦੀ ਦੇ ਖੁਰਾਕ ਅਤੇ ਸਪਲਾਈ ਵਿਭਾਗ ਮੰਤਰੀ ਕੌਣ ਹੈ। ਇਹ ਵੀ ਤੁਹਾਨੂੰ ਈਜ਼ੀਲੀ ਦੱਸ ਦਿੰਦਾ, ਖੁਰਾਕ ਜਦੋਂ ਆਪਾਂ ਖਾਂਦੇ ਹਾਂ, ਜਿਮ ਵਾਲੇ ਬੰਦੇ ਦੇਖੋ ਜਿਹੜੇ ਜਿਮ ਲਾਉਂਦੇ ਨੇ ਜਾਂ ਆਪਣੀ ਕਬੱਡੀ ਖੇਡਦੇ ਨੇ, ਉਹ ਖੁਰਾਕ ਖਾਂਦੇ ਨੇ ਦੇਸੀ ਘਿਓ ਖਾ ਕੇ, ਹੈ ਨਾ, ਲਾਲ ਲਾਲ ਹੋ ਜਾਂਦੇ ਨੇ ਉਹ, ਤਾਂ ਇਸਦਾ ਰਾਈਟ ਆਂਸਰ ਰਿਲੇਟ ਕਰਕੇ ਆਪਣਾ ਜਿਹੜਾ ਆਂਸਰ ਬਣਦਾ ਉਹ ਲਾਲ ਚੰਦ ਇਸਦਾ ਰਾਈਟ ਆਂਸਰ ਹੋ ਜਾਵੇਗਾ। ਤਾਂ ਕੁਐਸਚਨ ਨੰਬਰ 7 ਦਾ ਜਿਹੜਾ ਰਾਈਟ ਆਂਸਰ ਹੈ ਆਪਸ਼ਨ ਨੰਬਰ ਏ, ਲਾਲ ਚੰਦ ਕਟਾਰੂਚਕ, ਪਤਾ ਨਹੀਂ ਨਾਮ ਕਿਹੋ ਜਿਹਾ ਹੈ ਯਾਰ, ਅਤੇ ਇਹ ਖੁਰਾਕ ਸਪਲਾਈ ਵਿਭਾਗ ਦੇ ਆਪਣੇ ਮਿਨਿਸਟਰ ਨੇ। ਈਜ਼ੀਲੀ ਰਿਲੇਟ ਹੋਇਆ ਦੋਸਤੋ, ਇਹ ਤੁਹਾਡੇ ਮਾਇੰਡ ਵਿੱਚ ਸੈੱਟ ਪੱਕਾ ਹੋ ਜਾਵੇਗੀ ਗੱਲ, ਜਿਹੜੀ ਚੰਗੀ ਖੁਰਾਕ ਖਾਂਦਾ ਹੈ ਉਸਦੇ ਚਿਹਰੇ 'ਤੇ ਲਾਲੀ ਅਲੱਗ ਹੀ ਹੁੰਦੀ ਹੈ। ਕੁਐਸਚਨ ਨੰਬਰ 8 ਦੀ ਗੱਲ ਕਰੀਏ, ਪੰਜਾਬ 2022 ਦਾ ਪੇਂਡੂ ਵਿਕਾਸ ਪੰਚਾਇਤ ਰਾਜ ਮੰਤਰੀ ਕੌਣ ਹੈ। ਇਹ ਵੀ ਕਾਫੀ ਵਾਰ ਇਸ ਤਰ੍ਹਾਂ ਦਾ ਕੁਐਸਚਨ ਐਗਜ਼ਾਮ ਵਿੱਚ ਬਣਦਾ ਹੈ, ਤਾਂ ਕਰਕੇ ਯਾਦ ਰੱਖਿਓ। ਇਸ ਕੁਐਸਚਨ ਨੂੰ ਮੈਂ ਕਿਵੇਂ ਰਿਲੇਟ ਕੀਤਾ ਹੋਇਆ, ਪਿੰਡ ਦੇ ਵਿਕਾਸ ਯਾਨੀ ਪੇਂਡੂ ਵਿਕਾਸ ਯਾਨੀ ਪਿੰਡ ਦੇ ਵਿਕਾਸ ਨੂੰ ਦੇਖ ਕੇ ਪੰਚਾਇਤ ਰਾਜ ਨੇ ਮੰਤਰੀ ਨੂੰ ਬੁਲਾਇਆ ਅਤੇ ਤਾਲੀਆਂ ਵਜਾਈ। ਤਾਲੀ ਤੋਂ ਆਪਾਂ ਤਾਲੀਆਂ ਜਾਂ ਤਾੜੀਆਂ ਰਿਲੇਟ ਕਰ ਲਾਂਗੇ। ਇਸ ਤਰ੍ਹਾਂ ਆਪਣਾ ਜਿਹੜਾ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਉਹ ਆਪਸ਼ਨ ਬੀ, ਕੁਲਦੀਪ ਸਿੰਘ ਧਾਲੀਵਾਲ ਇਸਦਾ ਰਾਈਟ ਆਂਸਰ ਹੋ ਜਾਵੇਗਾ। ਦੋਸਤੋ ਜਿਵੇਂ ਮਰਜ਼ੀ ਰਿਲੇਟ ਕਰ ਲਓ, ਜਿਵੇਂ ਤੁਹਾਨੂੰ ਈਜ਼ੀ ਲੱਗਦਾ ਹੈ। ਮੈਂ ਇਸ ਤਰ੍ਹਾਂ ਰਿਲੇਟ ਕੀਤਾ ਹੋਇਆ, ਜੇ ਤੁਹਾਨੂੰ ਮੇਰੇ ਹੀ ਰਿਲੇਟ ਕਰਕੇ ਯਾਦ ਕਰਵਾਉਣ ਦਾ ਜਿਹੜਾ ਸਿਸਟਮ ਹੈ ਉਹ ਚੰਗਾ ਲੱਗਦਾ, ਤਾਂ ਵੀਡੀਓ ਵਿੱਚ ਥੈਂਕ ਯੂ ਜਾਂ ਗੁੱਡ ਸਰ ਇਸ ਤਰ੍ਹਾਂ ਦਾ ਕੁਝ ਵੀ ਲਿਖ ਕੇ ਮੈਨੂੰ ਮੋਟੀਵੇਟ ਕਰ ਦਿਓ। ਇਸ ਤੋਂ ਬਾਅਦ ਕੁਐਸਚਨ ਨੰਬਰ 9 ਦੀ ਗੱਲ ਕਰੀਏ, ਪੰਜਾਬ 2022 ਦੇ ਟਰਾਂਸਪੋਰਟ ਮੰਤਰੀ ਕੌਣ ਨੇ। ਟਰਾਂਸਪੋਰਟ ਮੰਤਰੀ ਕੌਣ ਨੇ, ਇਹ ਵੀ ਮੈਨੂੰ ਕਿਉਂ ਯਾਦ ਹੈ, ਮੇਰੇ ਮਾਇੰਡ ਵਿੱਚ ਇਹ ਈਜ਼ੀਲੀ ਸੈੱਟ ਹੋ ਗਿਆ। ਇਹ ਮੈਨੂੰ ਈਜ਼ੀਲੀ ਕਿਵੇਂ ਯਾਦ ਹੈ ਦੋਸਤੋ, ਆਪਣੇ ਪੰਜਾਬ ਵਿੱਚ ਲਗਭਗ ਹਰ ਏਰੀਏ ਵਿੱਚ ਭੁੱਲਰ ਨਾਂ ਦੀ ਬੱਸ ਚੱਲਦੀ ਹੈ। ਮੇਰੇ ਏਰੀਏ ਵਿੱਚ ਵੀ ਚੱਲਦੀ ਹੈ, ਮੋੜ ਟੂ ਬਠਿੰਡਾ ਜਾਂਦੀ ਹੈ ਬੱਸ, ਭੁੱਲਰ ਹੈ ਜਿਸ ਬੱਸ ਦਾ ਨਾਮ ਹੈ ਭੁੱਲਰ ਬੱਸ। ਤਾਂ ਮੈਨੂੰ ਈਜ਼ੀਲੀ ਯਾਦ ਰਹਿ ਜਾਂਦਾ ਹੈ, ਮਤਲਬ ਰਹਿ ਜਾਵੇਗੀ ਇਹ ਗੱਲ, ਕਿ ਟਰਾਂਸਪੋਰਟ ਬੱਸ ਕਾਰ ਜਿਹੜਾ ਵੀ ਆਪਾਂ ਚੱਲਦੀ ਹੈ ਰੋਡ 'ਤੇ ਇਹ ਟਰਾਂਸਪੋਰਟ ਵਿੱਚ ਆ ਜਾਂਦੇ ਨੇ। ਤਾਂ ਟਰਾਂਸਪੋਰਟ ਵਿੱਚ ਕੀ ਹੈ, ਭੁੱਲਰ ਨਾਂ ਦੀ ਬੱਸ ਚੱਲਦੀ ਆ। ਹੁਣ ਮੇਰੇ ਕੋਲ ਚਾਰ ਆਪਸ਼ਨ ਹੋਣਗੇ, ਤਾਂ ਮੈਨੂੰ ਈਜ਼ੀਲੀ ਯਾਦ ਆ ਜਾਵੇਗਾ ਕਿ ਲਾਲਜੀਤ ਸਿੰਘ ਭੁੱਲਰ ਹੈ ਜੋ ਟਰਾਂਸਪੋਰਟ ਮਿਨਿਸਟਰ ਹੈ। ਅਤੇ ਤੁਹਾਡੇ ਵੀ ਏਰੀਆ ਵਿੱਚ ਚੱਲਦੀ ਹੋਵੇਗੀ, ਆਈ ਸ਼ੋਰ ਆਲ ਪੰਜਾਬ ਵਿੱਚ ਹੀ ਚੱਲਦੀ ਹੈ ਇਹਨਾਂ ਦੀ ਬੱਸਾਂ। ਉਸ ਤੋਂ ਬਾਅਦ ਕੁਐਸਚਨ ਨੰਬਰ 10 ਦੀ ਗੱਲ ਕਰੀਏ, ਪੰਜਾਬ 2022 ਦੇ ਜਲ ਆਪਦਾ ਪ੍ਰਬੰਧਨ ਮੰਤਰਾਲਾ ਕੌਣ ਹੈ। ਜਲ ਮਿਨਿਸਟਰ, ਵਾਟਰ ਮਿਨਿਸਟਰ, ਅਤੇ ਕੋਈ ਡਿਜ਼ਾਸਟਰ ਹੋ ਜਾਂਦਾ ਜਾਂ ਕੋਈ ਤੂਫਾਨ ਆ ਜਾਂਦਾ ਹੈ ਜਾਂ ਕੋਈ ਭੂਚਾਲ ਆ ਜਾਂਦਾ, ਇਸ ਦਾ ਪ੍ਰਬੰਧਨ ਕਰਨ ਵਾਲਾ ਮੰਤਰੀ ਕੌਣ ਹੈ। ਇਹ ਕਿਵੇਂ ਰਿਲੇਟ ਕਰਨਾ, ਜਲ, ਉਮੀਦ ਹੈ ਆਪਾਂ ਪੰਜਾਬ ਦੇ ਰਹਿਣ ਵਾਲੇ, ਆਪਾਂ ਸਾਰੇ ਹੀ ਨਹਿਰ ਵਿੱਚ ਨਹਾਏ, ਸੂਹਿਆਂ ਵਿੱਚ ਨਹਾਏ, ਟੋਬਿਆਂ ਵਿੱਚ ਨਹਾਇਆ, ਮੈਂ ਵੀ ਨਹਾਇਆ ਦੋਸਤੋ, ਹੈ ਤਾਂ ਹੁਣ ਜਲ ਉੱਥੇ ਨਹਿਰ ਵਿੱਚ ਜਾਂਦੇ ਹਾਂ ਜਾਂ ਸੂਹੇ ਵਿੱਚ ਜਾਂਦੇ ਹਾਂ ਜਾਂ ਆਪਾਂ ਕਿਸੇ ਵੀ ਟੋਬੇ ਟਾਬੇ ਵਿੱਚ ਨਹਾਉਂਦੇ ਹਾਂ, ਉਦੋਂ
ਉਦੋਂ ਕਿ ਬੱਚੇ ਕੀ ਕਰਦੇ ਨੇ, ਜੰਪ ਮਾਰਦੇ ਨੇ। ਜੰਪ ਨੂੰ ਆਪਾਂ ਇਸ ਤਰ੍ਹਾਂ ਰਿਲੇਟ ਕਰ ਲਿਆ ਜੰਪਾ ਨਾਲ, ਬ੍ਰਹਮ ਸ਼ੰਕਰ ਜੰਪਾ ਜਿਹੜਾ ਆਪਣਾ ਜਲ ਅਤੇ ਆਪਦਾ ਪ੍ਰਬੰਧਨ ਮੰਤਰੀ ਆਪਣੇ ਪੰਜਾਬ 2022 ਦਾ ਹੈ, ਤਾਂ ਆਪਸ਼ਨ ਨੰਬਰ ਸੀ ਇਸਦਾ ਰਾਈਟ ਆਂਸਰ ਹੋ ਜਾਵੇਗਾ। ਹੁਣ ਇੱਕ ਕੁਐਸਚਨ ਮੈਂ ਤੁਹਾਡੇ ਲਈ ਹੈ, ਵੀਡੀਓ ਵਿੱਚ ਕਮੈਂਟ ਕਰਕੇ ਮੈਨੂੰ ਦੱਸ ਦਿਓ, ਹੋਮ ਮਿਨਿਸਟਰ ਹੈ ਯਾਨੀ ਕਿ ਗ੍ਰਹਿ ਮੰਤਰੀ ਹੈ ਉਹ ਕੌਣ, ਵੀਡੀਓ ਵਿੱਚ ਕਮੈਂਟ ਕਰ ਦਿਓ। ਜੇ ਨਹੀਂ ਪਤਾ ਗੂਗਲ 'ਤੇ ਸਰਚ ਮਾਰੋ, ਫਿਰ ਵੀਡੀਓ ਵਿੱਚ ਕਮੈਂਟ ਕਰ ਦਿਓ। ਐਂਡ ਜੇ ਇਹ ਵੀਡੀਓ ਤੁਹਾਨੂੰ ਬੈਨੀਫਿਸ਼ੀਅਲ ਲੱਗੀਆਂ, ਸਮਝ 'ਚ ਆਇਆ ਕੁਛ, ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸਬਸਕ੍ਰਾਈਬ ਵੀ ਕਰ ਹੀ ਦਿਓ ਚੈਨਲ ਨੂੰ ਜੇ ਨਹੀਂ ਕੀਤਾ ਤਾਂ।